फतेह। वाहिगुरु जी का खालसा, वाहिगुरु जी की फतेह। सिंह साहब जी, ठीक हो तुसी? हाँ जी, बढ़िया जी, चढ़दी कला जी। मैं तुहाडी वीडियो भी नाल बना रहा, मैनू हुण जानकारी दिओ की गलबात हुई है। ए आ जी, ए गड्डी आ जी मेरी, देखो जी। ओके जी। हाँ जी, ए पुणे आ महाराष्ट्र दे विच। ठीक है जी। एक कंपनी है टेट्रा पैक। टेट्रा पैक कंपनी, ठीक है जी। हाँ जी, चाकण पैंदा महाराष्ट्र दे विच जी, पुणे। ते सिक्योरिटी वाले कहिंदे श्री साहब लाओ, इत्थे पहला भी बहुत सरदार कहिंदे भी श्री साहब ला के जांदे आ, जान लगे चक के लै जांदे अपने। अच्छा, श्री साहब लवा के अंदर गड्डी लैके जानी पैंदी है जी? बिल्कुल। मैं कहा तुसी मैनू गड्डियां दे नंबर दिओ, वो सरदारां नू भी बुलाउने इत्थे जिन्हां ने श्री साहब रखे ला के तो मुड़ के पा के गए तुहाडे कोलों। ठीक है। ते मैं कहा तुसी ते दसो, कारण दसो, ते अपने किसी सीनियर नाल गल कराओ। जी जी, सीनियर दे नाल गल कराउने तुहाडी जी। हाँ जी। ते तुसी हुण पुणे, तुहाडा तुहाडा फोन नंबर की है विच बोलियो वीडियो दे? मेरा नंबर है जी 94215। हाँ जी, 40011। 95215 40011। नहीं जी, 94194। हाँ जी हाँ जी, 94015। नहीं, 94215। हाँ जी, 40011। 94154500011। जी, तुहाडा नाम की है सिंह साहब? हाँ जी, मेरा नाम मनदीप सिंह है जी। तुहाडा जिला केड़ा है, पंजाब तो तुसी जां किते होर स्टेट तो? हाँ जी, ਹੁਸ਼ਿਆਰਪੁਰ ਜ਼ਿਲ੍ਹਾ ਜੀ, ਪੰਜਾਬ ਦੇ ਵਿੱਚ। ਤੇ ਗੱਡੀ ਕਿੱਥੋਂ ਦੀ ਚਲਾਉਂਦੇ ਹੋ? ਗੱਡੀ ਹੈਦਰਾਬਾਦ ਆ ਜੀ, ਐਕਸਪ੍ਰੈਸ ਰੋਡਵੇਜ। ਠੀਕ ਹੈ ਜੀ। ਤੇ ਤੁਸੀਂ ਆਪਣੀ ਕੰਪਨੀ ਨਾਲ ਗੱਲ ਕੀਤੀ ਆ ਮਾਲਕਾਂ ਨਾਲ? ਕੰਪਨੀ ਵਾਲਿਆਂ ਨੂੰ ਸਮਝ ਨਹੀਂ ਆ ਜੀ, ਉਹ ਇੱਧਰ ਦੇ ਸਾਊਥ ਦੇ ਆ, ਉਹਨਾਂ ਨੂੰ ਵੀ ਨਹੀਂ ਇਸ ਚੀਜ਼ ਦੀ ਜਾਣਕਾਰੀ। ਤੇ ਇਹ ਕਿਰਪਾਨ ਕਿਉਂ ਲਵਾਉਂਦੇ ਨੇ, ਕੋਈ ਅਜੇ ਤੱਕ ਡਿਟੇਲ ਆਈ ਹੈ? ਡਿਟੇਲ ਆ ਜੀ, ਹਥਿਆਰ ਆ ਕਹਿੰਦੇ ਉਹ। ਠੀਕ ਹੈ ਜੀ। ਸੋ ਅਸੀਂ ਤੁਹਾਡੀ ਜਿਹੜਾ ਤੁਹਾਡਾ ਹੁਕਮ ਹੈ ਸਿਰ ਮੱਥੇ ਆ, ਤੁਹਾਡੀ ਇਸ ਵੀਡੀਓ ਨੂੰ ਵੀ ਸੰਗਤ ਤੱਕ ਪਹੁੰਚਾਉਂਦੇ ਹਾਂ। ਅਤੇ ਉੱਥੇ ਪੁਣੇ ਦੇ ਵਿੱਚ ਵੀ ਮੈਂ ਕੋਸ਼ਿਸ਼ ਕਰਦਾ, ਹੁਣੇ ਸਿੱਖ ਸੰਗਤ ਨੂੰ ਬੇਨਤੀ ਕਰਕੇ ਤੁਹਾਡੇ ਨਾਲ ਸੰਪਰਕ ਕਰਨ ਦੀ ਉਹ ਕੋਸ਼ਿਸ਼ ਕਰਦੇ ਨੇ। ਤੁਸੀਂ ਇੱਥੇ ਹੀ ਰਹੋ, ਧੰਨਵਾਦ ਜੀ, ਬਹੁਤ ਬਹੁਤ। ਸਾਨੂੰ ਆਉਣਾ ਪਿਆ, ਅਸੀਂ ਆਵਾਂਗੇ, ਕੋਈ ਲੋਕਾਂ ਨੂੰ ਆਪਾਂ ਦੱਸਣਾ, ਕੋਈ ਫਰਕ ਨਹੀਂ, ਸਾਨੂੰ ਆਪ ਆਉਣਾ ਪਿਆ, ਅਸੀਂ ਬਾਏ ਏਅਰ ਮਿੰਟੋ ਮਿੰਟੀ ਕੋਈ ਚੱਕਰ ਨਹੀਂ ਆ ਜਾਵਾਂਗੇ, ਕੋਈ ਪਰਵਾਹ ਨਹੀਂ ਕਰਨੀ। ਠੀਕ, ਹਾਂ, ਚੜ੍ਹਦੀ ਕਲਾ ਦੇ ਵਿੱਚ ਰਹਿਣਾ, ਆਪਣੇ ਹੱਕਾਂ ਵਾਸਤੇ ਇੱਦਾਂ ਹੀ ਲੜਨਾ, ਇੱਦਾਂ ਹੀ ਖੜਨਾ ਪੈਣਾ। ਬਿਲਕੁਲ ਜੀ, ਬਿਲਕੁਲ। ਠੀਕ ਹੈ, ਮੈਂ ਇੱਥੇ ਕਹਿਤਾ, ਮੈਂ ਕਿਹਾ ਗੱਡੀ ਖੜੀ ਕਰਾ ਲਓ ਗੇਟ ਦੇ ਉੱਤੇ, ਮੈਂ ਜਾ ਰਿਹਾ ਇੱਥੋਂ ਟ੍ਰੇਨ ਫੜ ਕੇ। ਬਸ ਠੀਕ ਹੈ, ਇਹ ਨਹੀਂ ਲਿੱਥੇਗੀ। ਬਸ ਠੀਕ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤਗੜੇ ਰਹਿਣਾ, ਇੱਕ ਵਾਰੀ ਫਿਰ ਬੇਨਤੀ ਹੈ, ਅਸੀਂ ਹੁਣੇ ਪੁਣੇ ਦੇ ਬੰਬੇ ਮਹਾਰਾਸ਼ਟਰ ਦੇ ਸੰਗਤ ਨੂੰ ਅਸੀਂ ਬੇਨਤੀ ਕਰਦੇ ਹਾਂ ਹੁਣੇ ਹੁਣੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਸੰਗਤ ਜੀ, ਇਹ ਵੀਰ ਇਸ ਸਮੇਂ ਪੁਣੇ ਖੜਿਆ ਹੋਇਆ ਇੱਕ ਫੈਕਟਰੀ ਦੇ ਵਿੱਚ, ਅਤੇ ਉੱਥੇ ਇਸ ਵੀਰ ਦੇ ਨਾਲ ਇਹ ਜਿਹੜੀ ਘਟਨਾ ਇਹ ਵਾਪਰ ਰਹੀ ਹੈ, ਇਹ ਹਾਲਾਤ ਜਿਹੜੇ ਨੇ ਵੀਰ ਨਾਲ ਵਾਪਰੇ ਨੇ। ਸੋ ਅਸੀਂ ਬੇਨਤੀ ਕਰਦੇ ਹਾਂ, ਪੁਣੇ ਦੀਆਂ ਸੰਗਤਾਂ ਨੂੰ ਬੇਨਤੀ ਕਰਦੇ ਹਾਂ, ਵੀਰ ਦਾ ਫੋਨ ਨੰਬਰ ਦੇ ਵਿੱਚ ਬੋਲਿਆ ਗਿਆ, ਸਾਰੇ ਜਿਹੜੇ ਜਿਹੜੇ ਵੀਰ ਮਾਈ ਪਏ ਉੱਥੇ ਵੀਰ ਨੂੰ ਸਪੋਰਟ ਕਰ ਸਕਦੇ ਨੇ। ਕੌਮ ਸਿੰਘ ਸਰਦਾਰ, ਪੁਣੇ ਦੇ ਵਿੱਚ ਬੇਅੰਤ ਗੁਰਦੁਆਰੇ ਨੇ, ਵੱਡੇ ਵੱਡੇ ਗੁਰਦੁਆਰੇ ਨੇ, ਬੇਅੰਤ ਸੰਗਤ ਹੈ। ਸੋ ਉਮੀਦ ਕਰਦਾ ਸਪੋਰਟ ਕਰਨਗੇ, ਔਰ ਇਹ ਵੀ ਉਮੀਦ ਕਰਦਾ ਵੀ ਸਾਨੂੰ ਆਉਣ ਦੀ ਲੋੜ ਨਹੀਂ ਪੈਣੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।